ਸਸੀ ਗੱਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਅੱਜ ਦੀ ਵੀਡੀਓ ਦਾ ਟੌਪਿਕ ਹੋਏਗਾ ਪੀਪੀਐਸਈ ਵੱਲੋਂ ਕੱਢਿਆ ਗਿਆ ਰਿਕਰੂਟਮੈਂਟ ਦੇ ਬਾਰੇ ਵਿੱਚ ਪੂਰੀ ਡਿਟੇਲ ਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰ ਪਾਓਗੇ ਕੀ ਕੀ ਐਲੀਜੀਬਿਲਿਟੀ ਰਹੇਗੀ ਵਿਦ ਆਫੀਸ਼ੀਅਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਆਇਆ ਹਾਂ ਤੇ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਪੇ ਸਕੇਲ ਤੋਂ ਸ਼ੁਰੂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਪ ਸਬਸਕ੍ਰਾਈਬ ਕਰ ਲਵੋ ਤੇ ਬੈਲ ਬਟਨ ਦਬਾਣਾ ਨਾ ਭੁੱਲਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਤੇ ਸਾਡੀ ਵੈਬਸਾਈਟ www.clori.com ਦੇ ਉੱਪਰ ਤੁਸੀਂ ਜਿਹੜਾ ਚਾਹ ਕੇ ਚੈੱਕ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟਸ ਨੂੰ ਔਰ ਸਾਡੀ YouTube ਚੈਨਲ ਪਲੱਸ ਸਾਡੀ ਵੈਬਸਾਈਟ ਦੋਨਾਂ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਰੰਦੇ ਪਹੁੰਚ ਸਕੇ ਤੇ ਤੁਸੀਂ ਹਰ ਇੱਕ ਨੋਟੀਫਿਕੇਸ਼ਨ ਦਾ ਲਾਹਾ ਲੈ ਸਕੋ ਤੇ ਚਲੋ ਹੁਣ ਅਸੀਂ ਗੱਲ ਕਰਾਂਗੇ ਜੀ ਜਿਹੜਾ PPC ਵੱਲੋਂ ਨੋਟੀਫਿਕੇਸ਼ਨ ਲੇਟੈਸਟ ਆਊਟ ਕਰ ਦਿੱਤਾ ਗਿਆ ਹੈ ਅੱਜ ਹੀ ਮਾਰਨਿੰਗ ਦੇ ਵਿੱਚ ਤੇ ਉਸ ਦੇ ਵਿੱਚ ਸਭ ਤੋਂ ਪਹਿ ਇਸ ਦੇ ਵਿੱਚ ਤੁਹਾਡੀ ਜਿਹੜੀ ਪੇ ਸਕੇਲ ਰਹੇਗੀ ਜੀ ਉਹ ਰਹੇਗੀ 35400 ਤੇ ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰਦੇ ਆ ਕਿ ਤੁਸੀਂ ਕਿਦਾਂ ਅਪਲਾਈ ਕਰਨਾ ਹੈ ਤਾਂ ਇਹਦੇ ਲਈ ਆਨਲਾਈਨ ਜਿਹੜਾ ਹੈ ਤੁਸੀਂ ਅਪਲਾਈ ਕਰ ਲੈਣਾ ਤੇ ਇਸ ਦੇ ਵਿੱਚ ਏਜ ਲਿਮਿਟ ਜਿਹੜੀ ਤੁਹਾਡੀ ਰਹੇਗੀ ਉਹ 18 ਸਾਲ ਤੋਂ ਲੈ ਕੇ 37 ਸਾਲ ਵਾਲੇ ਜਿਹੜੇ ਕੈਂਡੀਡੇਟ ਨੇ ਉਹ ਅਪਲਾਈ ਕਰ ਸਕਦੇ ਨੇ ਸੋ ਇਸ ਦੇ ਵਿੱਚ ਜਿਹੜੀ ਤੁਹਾਡੀ ਏਜ ਰੈਲੈਕਸੇਸ਼ਨ ਹੈ ਉਹ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜੋ ਕਿ ਐਸ ਪਰ ਗਵਰਨਮੈਂਟ ਰੂਲਸ ਜਿਹੜੀ ਕਿ ਰਹੇਗੀ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਕਿਦਾਂ ਹੋਏਗੀ ਤੇ ਇਸ ਦੇ ਵਿੱਚ ਟੋਟਲ 3 ਤੋਂ ਮਾਰਕਸ ਦਾ ਜਿਹੜਾ ਹੈ ਉਹ ਐਗਜ਼ਾਮ ਤੁਹਾਡਾ ਲਿੱਤਾ ਜਾਏਗਾ ਤੇ ਉਸ ਦੇ ਵਿੱਚ ਜਿਹੜੀ ਬਾਈਫਿਕੇਸ਼ਨ ਉਹਨਾਂ ਨੇ ਕੀਤੀ ਹੋਈ ਹੈ ਕਿ ਤੁਹਾਡੇ ਸਿਲੇਬਸ ਦੇ ਵਿੱਚੋਂ ਜਿਹੜੇ ਤੁਹਾਡੇ 250 ਮਾਰਕਸ ਜਿਹੜੇ ਨੇ 250 ਮਾਰਕਸ ਦਾ ਸਿਲੇਬਸ ਜਿਹੜਾ ਹੈ ਉਹਦੇ ਵਿੱਚ ਕੁਐਸਚਨਸ ਆਣਗੇ ਜੋ ਕਿ 100 ਕੁਐਸਚਨਸ ਹੋਣਗੇ ਔਰ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਜਿਹੜੇ ਨੈਕਸਟ 50 ਮਾਰਕਸ ਦਾ ਹੋਣਗਾ ਉਹ ਹੋਏਗਾ ਤੁਹਾਡਾ ਲੌਜੀਕਲ ਰੀਜ਼ਨਿੰਗ ਦਾ ਮੈਂਟਲ ਅਬਿਲਿਟੀ ਤੇ ਜਨਰਲ ਨੋਲੇਜ ਦਾ ਜਿਹਦੇ ਵਿੱਚ 20 ਕੁਐਸਚਨ ਜਿਹੜੇ ਨੇ ਤੁਹਾਡੇ ਕੋਲੋਂ ਪੁੱਛੇ ਜਾਣਗੇ ਜੀ ਔਰ ਨੈਕਸਟ ਇਸੀ ਗੱਲ ਕਰਦੇ ਆ ਇਸ ਦੇ ਵਿੱਚ ਤੁਹਾਡੀ ਜਿਹੜੀ ਹੈ ਕਿ ਤੁਸੀਂ ਇਹਦੇ ਲਈ ਲਾਸਟ ਡੇਟ ਜਿਹੜਾ ਜਿਹੜੀ ਇੰਪੋਰਟੈਂਟ ਡੇਟਸ ਨੇ ਤੁਹਾਡੀਆਂ ਇਹਦੇ ਲਈ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਹੈ 18 12 2020 ਤੋਂ ਜਿਹੜਾ ਹੈ ਉਹ ਸਟਾਰਟ ਹੋ ਜਾਏਗਾ ਤੁਸੀਂ ਜਿਹੜਾ ਐਪਲਾਈ ਕਰ ਪਾਓਗੇ ਨੈਕਸਟ ਆ ਗਿਆ ਤੁਹਾਡਾ ਫੀਸ ਡਿਪੋਜ਼ਿਟ ਕਰਨੀ ਹੈ ਤੁਸੀਂ ਜੋ ਕਿ ਲਾਸਟ ਡੇਟ ਹੈਗੀ ਹੈ ਜੀ 28 12 2020 ਸੌਰੀ ਮਾਫ 2020 ਤੋਂ ਤੁਹਾਡੀ ਜਿਹੜੀ ਹੈ ਉਹ ਤੁਸੀਂ ਸਬਮਿਟ ਕਰਵਾ ਸਕਦੇ ਹੋ ਆਪਣੀ ਜਿਹੜੀ ਫੀਸ ਹੈ ਲੇਕਿਨ ਉਹ ਬੈਂਕ ਚਲਾਨ ਦੇ ਥਰੂ ਹੀ ਜਿਹੜੀ ਹੈ ਤੁਸੀਂ ਜਿਹੜੀ ਉਹ ਸਬਮਿਟ ਕਰਵਾ ਸਕਦੇ ਹੋ ਤੇ ਨੈਕਸਟ ਅਗਰੇ ਸੀ ਗੱਲ ਕਰਾਂਗੇ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀਸ ਦੀ ਜੋ ਕਿ ਇਹਨਾਂ ਨੇ ਕੈਟਾਗਰੀ ਕੈਟਾਗਰੀ ਵਾਈਜ਼ ਬਾਇਫਰਕੇਟ ਕੀਤੀ ਹੋਈ ਹੈ ਸ਼ਡਿਊਲ ਕਾਸ ਮਤਲਬ ਐਸਸੀ ਐਸਟੀ ਤੇ ਬੈਕਵਰਡ ਕਲਾਸ ਕੈਂਡੀਡੇਟਸ ਦੇ ਲਈ ਜਿਹੜਾ ਆਨਲਾਈਨ ਐਪਲੀਕੇਸ਼ਨ ਚਾਰजेस ਜਿਹੜੇ ਰਹਿਣਗੇ ਉਹ 500 ਰਹਿਣਗੇ ਤੇ ਉਸ ਤੋਂ ਬਾਅਦ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਜਿਹੜੀ ਰਹੇਗੀ 625 ਦਾ ਟੋਟਲ इलेवन हंड ट्वेंटी फाइव थोड़ी जी फीस रहेगी एक्स सर्विसमैन जोड़े ने पाब स्टेट के लिए जोड़े ने उन्होंने फाइव हंडेड है और कोई भी एग्जामीशन फीस उन्हों जाएगी जी नैक्सट है अदर कैटेगरीज इंकलूडिंग ई डबल्यू एस ठीक है जी एक्स सविसमैन के इस सौ रुपए थोड़ी जी ऑनलाइन एप्लीकेश चार्जिज़ होगी प्लस एग्जामीनेशन फीस तुटी जी पच्ची सौ मिला के टोटल तीन हज़ार जी तोरे को लीती जाएगी नैक्ट हैगी जी परसनल विद डिसबिलिटी फिजिकल हैंकैप्ट स्टेट ओनली जोड़े फाइव हंडेड रुपीज़ ती जी ऑनलाइन ਚਾਰजेस ਨੇ ਤੇ ਐਗਜ਼ਾਮੀਨੇਸ਼ਨ ਫੀ ਜਿਹੜੀ ਹੈ 1250 ਰੁਪੀਸ ਟੋਟਲ ਜਿਹੜੀ ਹੈ 1750 ਰੁਪੀਸ ਤੁਹਾਡੇ ਕੋਲ ਜਿਹੜੇ ਨੇ ਉਹ ਲੈਤੇ ਜਾਣਗੇ ਜੀ ਹੁਣ ਗੱਲ ਕਰਦੇ ਹਾਂ ਅਸੀਂ ਜਿਹੜੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਇਸ ਦੇ ਵਿੱਚ ਜੇ ਤੁਸੀਂ ਦੇਖ ਪਾ ਰਹੇ ਹੋ 81 ਪੋਸਟਾਂ ਜਿਹੜੀਆਂ ਨੇ ਜੂਨੀਅਰ ਇੰਜੀਨੀਅਰ ਸਿਵਲ ਦੇ ਕੀਤੇ ਗਏ ਨੇ ਚਾਰ ਪੋਸਟਾਂ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਜੂਨੀਅਰ ਇੰਜੀਨੀਅਰ ਮੈਕੈਨਿਕਲ ਇਲੈਕਟ੍ਰੀਕਲ ਦੇ ਕੀਤੇ ਗਏ ਨੇ ਇਸ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਨਾ ਹੈ ਕਿ ਤੁਸੀਂ ਕਿਹੜੀ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਇਸ ਲਈ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਜਿਹੜੇ ਜਾਰੀ ਕੀਤੇ ਗਏ ਨੇ ਇੱਕ ਦੇ ਵਿੱਚ ਇਹਨਾਂ ਨੇ ਜਿਹੜੀ ਕੁਆਲੀਫਿਕੇਸ਼ਨ ਮੈਂਸ਼ਨ ਕੀਤੀ ਹੋਈ ਹੈ ਇੱਕ ਦੇ ਵਿੱਚ ਜਿਹੜੀ ਫਰਦਰ ਡਿਟੇਲ ਦਿੱਤੀ ਹੋਈ ਹੈ ਉਹ ਮੈਂ ਤੁਹਾਨੂੰ ਇਹ ਜਿਹੜੀ ਪੋਸਟ ਹੈਗੀ ਜੂਨੀਅਰ ਇੰਜੀਨੀਅਰ ਸਿਵਲ ਦੀ ਹੈ ਇਸ ਦੇ ਵਿੱਚ ਡਿਪਲੋਮਾ ਜਿਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਹੋਇਆ ਹੈ ਤਾਂ ਉਹ ਅਪਲਾਈ ਕਰ ਸਕਦੇ ਨੇ ਔਰ ਨੈਕਸਟ ਅਗੇ ਜੂਨੀਅਰ ਇੰਜੀਨੀਅਰ ਮੈਕੈਨਿਕਲ ਤੇ ਇਲੈਕਟ੍ਰੀਕਲ ਇਹਦੇ ਵਿੱਚ ਜਿਨ੍ਹਾਂ ਨੇ ਮੈਕੈਨਿਕਲ ਔਰ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਉਹ ਅਪਲਾਈ ਕਰ ਸਕਦੇ ਨੇ ਤੇ ਇਸ ਦੇ ਵਿੱਚ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ ਜੀ 31 12 2020 ਤੁਹਾਡੀ ਜਿਹੜੀ ਹੋ ਰਹੇਗੀ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਹ ਸੀਗੀ ਜੀ ਅੱਜ ਦੀ ਇਨਫੋਰਮੇਸ਼ਨ ਤੇ ਮਿਲਾਂਗੇ ਅਸੀਂ ਨਵੀਂ ਇ